ਵਿਚ ਜਲ ਸੰਕਟ ਤੇ ਅੱਜ ਭੁੱਖ ਹੜਤਾਲ ਹੋਵੇਗੀ ਚਮੰਤਰੀ ਆਤੀਸ਼ੀ ਅਨਮਿੱਖੇ ਸਮੇਂ ਦੇ ਲਈ ਭੁੱਖ ਹੜਤਾਲ ਕਰਨਗੇ ਰਾਜਕਾਰ ਜਾ ਕੇ ਕੈਬਨਿਟ ਮੰਤਰੀ ਆਤੀਸ਼ੀ ਮਹਾਤਮਾ ਗਾਂਧੀ ਨੂੰ ਪਹਿਲਾ ਸਰਦ ਅਨਛਲੂ ਦੇ ਕੇ ਭੁੱਖ ਹੜਤਾਲ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਦੱਸਦੇ ਕਿ 12 ਵਜੇ ਤੋਂ ਪੋਗਲ ਦੇ ਵਿੱਚ ਪਾਣੀ ਸਤਿਆਗ੍ਰਹਿ ਸ਼ੁਰੂ ਹੋਵੇਗਾ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਬਰਕਰਾਰ ਹੈ ਪਾਣੀ ਦੀ ਕਮੀ ਦੇ ਕਰਕੇ ਦਿੱਲੀ ਵਾਸੀ ਪਰੇਸ਼ਾਨ ਨੇ ਜਲ ਮੰਤਰੀ ਆਤੀਸ਼ੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 28 ਲੱਖ ਦਿੱਲੀ ਵਾਲੇ ਜਿਹੜੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ ਤੇ ਇੰਨੀ ਪ੍ਰਯਾਸਾ ਦੇ ਬਾਅਦ ਵੀ ਇਹਨੇ ਮੁਸ਼ਕਲਾਂ ਦੇ ਬਾਅਦ ਵੀ ਹਰਿਆਣਾ ਸਰਕਾਰ ਦਿੱਲੀ ਨੂੰ ਪਾਣੀ ਨਹੀਂ ਦੇ ਰਹੀ ਹੈ ਤੇ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਬਰਕਰਾਰ ਹੈ ਜਲ ਮੰਤਰੀ ਆਤੀਸ਼ੀ ਅਨੁਮਿਖੇ ਸਮੇਂ ਦੇ ਲਈ ਐਸੇ ਦੇ ਕਰਕੇ ਭੋਖ ਹੜਤਾਲ ਤੇ ਜਾ ਰਹੀ ਨੇ ਦੱਸਦੇ ਕਿ 12 ਵਜੇ ਤੋਂ ਭੋਗਲ ਦੇ ਵਿੱਚ ਪਾਣੀ ਦੇ ਲਈ ਸत्याग्रह ਸ਼ੁਰੂ ਹੋਵੇਗਾ ਇਹ ਵੱਡੀ ਖਬਰ ਹੈ ਦਿੱਲੀ ਦੇ ਵਿੱਚ ਜਲ ਸੰਕਟ ਤੇ ਅਸ ਤੋਂ ਪੋਖੜ ਹੜਤਾਲ ਸ਼ੁਰੂ ਹੋਵੇਗਾ ਦਿੱਲੀ ਦੇ ਵਿੱਚ ਜਲ ਸੰਕਟ ਦੇ ਕਰਕੇ ਮੰਤਰੀ ਆਤੀਸ਼ੀ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਇਸ ਪੋਖੜ ਹੜਤਾਲ ਨੂੰ ਕੀਤਾ ਜਾਵੇਗਾ ਪਹਿਲਾ ਉਹ ਰਾਜਕਾਰ ਜਾ ਕੇ ਉਹਨਾਂ ਦੇ ਵੱਲੋਂ ਕੈਬਨਿਟ ਮੰਤਰੀ ਆਤੀਸ਼ੀ ਜੋੜੀ ਨੇ ਉਹ ਪਹਿਲਾ ਰਾਜਕਾਰ ਜਾਣਗੇ ਉਸ ਤੋਂ ਬਾਅਦ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਸਰਗੰਝਲੀ ਦੇਣੀ ਹੈ ਉਸ ਤੋਂ ਬਾਅਦ ਉਹਨਾਂ ਦਾ ਇਹ ਪੋਖੜ ਹੜਤਾਲ ਸ਼ੁਰੂ ਹੋਵੇਗਾ 12 ਵਜੇ ਤੋਂ ਪੋਗਲ ਦੇ ਵਿੱਚ ਪਾਣੀ ਸत्याग्रह ਸ਼ੁਰੂ ਹੋਵੇਗਾ